ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਮੋਗੇ ਦੋਸਤੋ ਕੱਲ ਸ਼ਾਮ ਨੂੰ ਆਪਾਂ ਨੇ ਆਪਣੇ ਚੈਨਲ ਤੇ ਪੰਜਾਬ ਪੁਲਿਸ ਕਾਂਸਟੇਬਲ ਦੀ ਵੇਟਿੰਗ ਲਿਸਟ ਨੂੰ ਲੈ ਕੇ ਇੱਕ ਵੀਡੀਓ ਪਾਈ ਸੀਗੀ ਉਸ ਵੀਡੀਓ ਦੇ ਰਾਹੀਂ ਦੋਸਤੋ ਅਸੀਂ ਦੱਸਿਆ ਸੀਗਾ ਵੀ ਪੰਜਾਬ ਪੁਲਿਸ ਕਾਂਸਟੇਬਲ ਦੀ ਵੇਟਿੰਗ ਲਿਸਟ ਆ ਜਿਹੜੀ ਉਹ ਜਾਰੀ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਸਾਰੇ ਅਜੇ ਕੈਂਡੀਡੇਟਸ ਨੇਗੇ ਜਿਨ੍ਹਾਂ ਨੇ ਵੱਖਰੇ ਵੱਖਰੇ ਭਰਤੀਆਂ ਦੇ ਵਿੱਚ ਉਹਨਾਂ ਦਾ ਨਾਮ ਹੈਗਾ ਤਾਂ ਕਰਕੇ ਦੋਸਤੋ ਕੌਨਸਟੇਬਲ ਦੀ ਜਿਹੜੀ ਵੇਟਿੰਗ ਲਿਸਟ ਆ ਉਹ ਜਾਰੀ ਹੋਣੀ ਚਾਹੀਦੀ ਹੀ ਚਾਹੀਦੀ ਹੈ ਤਾਂ ਦੋਸਤੋ ਇਸ ਨੂੰ ਲੈ ਕੇ ਇੱਕ ਗਰੁੱਪ ਵੀ ਬਣਿਆ ਹੋਇਆ ਸੀਗਾ ਵੇਟਿੰਗ ਲਿਸਟ ਦਾ ਤੇ ਜਿਹਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਨੇ ਜਿਹੜੇ ਉਹ ਪਹਿਲਾਂ ਤੋਂ ਹੀ ਜੁੜੇ ਹੋਏ ਸੀ ਤੇ ਅਸੀਂ ਆਪਣੇ ਉਸ ਵੀਡੀਓ ਦੇ ਨੀਚੇ ਵੀ ਲਿੰਕ ਦੇ ਦਿੱਤਾ ਸੀਗਾ ਜਿਸ ਦੇ ਨਾਲ ਉੱਥੇ ਹੋਰ ਬੱਚੇ ਵੀ ਜੁੜ ਚੁੱਕੇ ਨੇ ਦੋਸਤੋ ਤੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਫੈਸਲਾ ਲਿਆ ਵੀ ਜਿਹੜਾ ਅੱਜ 10 ਵਜੇ ਸਾਰੇ ਬੱਚੇ ਮੁਹਾਲੀ ਵਿਖੇ ਪਹੁੰਚ ਰਹੇ ਨੇ ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਅਪਡੇਟ ਮਿਲ ਗਈ ਹੋਊਗੀ ਕਿਉਂਕਿ ਸਾਰੇ ਬੱਚੇ ਨੇ ਜਿਹੜੇ ਵੇਟਿੰਗ ਲਿਸਟ ਵਾਲੇ ਉਹ ਪਹਿਲਾਂ ਹੀ ਇਸ ਗਰੁੱਪ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਤੇ ਉਸ ਬੱਚਿਆਂ ਨੇ ਸਾਰਿਆਂ ਨੇ ਵੱਖ-ਵੱਖ ਜਗ੍ਹਾ ਤੇ ਹਨਾ ਇਹ ਖ਼ਬਰ ਜਿਹੜੀ ਵਾਇਰਲ ਕੀਤੀ ਆ ਵੀ ਕੱਲ ਨੂੰ ਤਰਨਾ ਲੱਗਣ ਜਾ ਰਿਹਾ ਦੋਸਤੋ ਰਿੱਟ ਪਾਉਣੀ ਹੈਗੀ ਬੱਚਿਆਂ ਨੇ ਵੇਟਿੰਗ ਲਿਸਟ ਵਾਸਤੇ ਦੋਸਤੋ ਅੱਜ 10 ਵਜੇ ਜਿਹੜਾ ਪ੍ਰੋਟੈਸਟਾ ਮੁਹਾਲੀ ਵਿਖੇ ਤਾਂ ਆਪਾਂ ਕਿੱਥੇ ਪਹੁੰਚਣਾ ਹੈਗਾ ਆਪਾਂ ਤੁਹਾਨੂੰ ਉਹ ਦੱਸ ਦਿੰਨੇ ਆ ਸਾਰੇ ਵਿਦਿਆਰਥੀ ਪੰਜਾਬ ਪੁਲਿਸ ਸਿਪਾਹੀ ਦੀ ਵੇਟਿੰਗ ਸੂਚੀ ਜਾਰੀ ਕਰਵਾਉਣ ਲਈ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਮੋਹਾਲੀ ਪੁਰਾਣਾ ਬੱਸ ਸਟੈਂਡ ਠੀਕ ਹੈ ਜੀ ਮੋਹਾਲੀ ਵਿਖੇ ਮਿਤੀ 10 ਜਨਵਰੀ ਨੂੰ ਸਵੇਰੇ 10 ਵਜੇ ਪਹੁੰਚਣ ਤਾਂ ਕਿ ਆਪਾਂ ਸਾਰੇ ਮਿਲ ਜੁਲ ਕੇ ਇਸ ਭਰਤੀ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਵੇਟਿੰਗ ਸੂਚੀ ਜਾਰੀ ਕਰਵਾ ਸਕੀਏ ਹੋਰ ਜਾਣਕਾਰੀ ਲਈ ਸੰਪਰਕ ਕਰੋ ਦੋਸਤੋ ਇਹ ਬੱਚਿਆਂ ਦੇ ਚਾਰ ਬੱਚਿਆਂ ਨੇ ਨੰਬਰ ਮੈਂਸ਼ਨ ਕੀਤੇ ਹੋਏ ਨੇ ਜੇ ਕਿਸੇ ਨੇ ਜਿਆਦਾ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਲੈਣੀ ਹੈਗੀ ਠੀਕ ਹੈ ਤਾਂ ਉਹ ਇਹ ਬੱਚਿਆਂ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦਾ ਤਾਂ ਦੋਸਤੋ ਬੇਸਿਕਲੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਵੀ ਜਿਹੜੇ ਬੱਚਾ ਤੱਕ ਇਨਫੋਰਮੇਸ਼ਨ ਨਹੀਂ ਪਹੁੰਚੀ ਉਹਨਾਂ ਬੱਚਿਆਂ ਨੂੰ ਇਹ ਇਨਫੋਰਮੇਸ਼ਨ ਮਿਲ ਸਕੇ ਵੀ वेटिंग लिस्ट ਨੂੰ ਲੈ ਕੇ ਅੱਜ ਪ੍ਰੋਟੈਸਟ ਹੋਣ ਜਾ ਰਿਹਾ ਹੈਗਾ ਆਪਣੇ ਮਹਾਲੇ ਵਿਖੇ ਠੀਕ ਹੈ ਬਾਕੀ ਦੋਸਤੋ ਇੱਕ ਦੋ ਗੱਲਾਂ ਹੋਰ ਜ਼ਰੂਰੀ ਨੇਗੀਆਂ ਵੀ ਜਿਹੜਾ ਮੈਂ ਤੁਹਾਨੂੰ ਦੱਸਨੀਆ ਚਾਹਣਾਗਾ ਜਿਵੇਂ ਮਾਸਕ ਵਗੈਰਾ ਨੇ ਜਿਹੜੇ ਆਪਦੇ ਹਨਾ ਪ੍ਰੋਪਰ ਲੈ ਕੇ ਜਾਇਓ ਤੇ ਥੋੜੇ ਬਹੁਤੇ ਪੈਸੇ ਵੀ ਨਾਲ ਕੈਰੀ ਕਰ ਲਿਓ ਕਿਉਂਕਿ ਰਿੱਟ ਪਾਉਣੀ ਆ ਤੇ ਵਕੀਲ ਨੂੰ ਵੀ ਮਿਲਣਾ ਪਊਗਾ ਉੱਥੇ ਤੇ ਥੋੜੇ ਬਹੁਤੇ ਪੈਸੇ ਨੇ ਜਿਹੜੇ ਲੱਗ ਸਕਦੇ ਨੇ ਵੈਸੇ ਤਾਂ ਸਾਰੇ ਜਾਨੇ ਉੱਥੇ ਆਪ ਦਾ ਆਵਦਾਨਾ ਹਿੱਸਾ ਪਾਉਣਗੇ ਪਰ ਫਿਰ ਵੀ ਥੋੜੇ ਬਹੁਤੇ ਪੈਸੇ ਤੁਸੀਂ ਲੈ ਕੇ ਜਾਇਓ ਦੋਸਤੋ ਨਾਲ ਤੇ ਦੋਸਤੋ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਇੱਕ ਆਧਾਰ ਕਾਰਡ ਠੀਕ ਆ ਉਹ ਵੀ ਜ਼ਰੂਰ ਲੈ ਕੇ ਜਾਇਓ ਤੇ ਇੱਕ ਜਿਹੜਾ ਤੁਹਾਡਾ ਐਡਮਿਟ ਕਾਰਡ ਸੀਗਾ ਉਹਦੀ ਵੀ ਫੋਟੋਸਟੇਟ ਜਾਂ ਫਿਰ ਕੜਵਾ ਕੇ ਸੋਨੇ ਇੱਕ ਪ੍ਰਿੰਟ ਆਊਟ ਜ਼ਰੂਰ ਲੈ ਕੇ ਜਾਣਾ ਠੀਕ ਆ ਦੋਸਤੋ ਦੋਸਤੋ ਇਹ ਕੋਈ ਜਾਣਕਾਰੀ ਸੀਗੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਦੋਸਤੋ ਉਮੀਦ ਕਰਦੇ ਆ ਵੀ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਵਧੀਆ ਲੱਗੀ ਹੋਊਗੀ ਦੋਸਤੋ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਅੱਗੇ ਵੀ ਇਹੋ ਜਿਹੇ ਵੀਡੀਓਜ਼ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਦੋਸਤੋ ਕਿਸੇ ਅਗਲੀ ਵੀਡੀਓ ਦੇ ਨਾਲ ਧੰਨਵਾਦ ਦੋਸਤੋ